ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਨੇ ਕਹਿੰਦੇ ਨਹੀਂ ਕੀਤਾ ਜੁਆਇਨ ਤੇ ਪੰਜਾਬ ਸਰਕਾਰ ਹੋ ਗਈ ਤਲਬ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਜੀ ਪੰਜਾਬ ਸਰਕਾਰ ਨੂੰ ਤਲਬ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ। ਠੀਕ ਹੈ, ਤੁਹਾਡੇ ਧਿਆਨ ਚ ਹੋਣਾ ਕਿ ਬਕਾਇਦਾ ਤੌਰ ਤੇ ਇਹ ਪਹਿਲੂ ਉਸੇ ਦਿਨ ਤੋਂ ਵਿਵਾਦ ਚ ਆ ਗਿਆ ਸੀ ਜਦੋਂ ਡਾਕਟਰ ਰਾਜ ਬਹਾਦਰ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ। ਜੋੜੇ ਮਾਜਰਾ ਉਹਦੀ ਸਿਹਤ ਮੰਤਰੀ ਸੀ, ਉਹ ਚਾਦਰ ਵਾਲਾ ਕਾਂਡ ਵਾਪਰਦਾ, ਜੋੜਾ ਮਾਜਰਾ ਨੂੰ ਛੁੱਟੀ, ਜੋੜੇ ਮਾਜਰੇ ਨੂੰ ਵੀ ਉਹ ਵਿਭਾਗ ਤੋਂ ਜਾਣਾ ਪੈਂਦਾ ਤੇ ਰਾਜ ਬਹਾਦਰ ਅਸਤੀਫਾ ਦੇ ਕੇ ਲਾਂਭੇ ਹੋ ਜਾਂਦੇ ਨੇ। ਪਰ ਉਹ ਸਾਰੀ ਕਵਾਇਦ ਤੋਂ ਬਾਅਦ ਨਵੇਂ ਵੀਸੀ ਨੂੰ ਲੈ ਕੇ, ਨਵੇਂ ਵਾਈਸ ਚਾਂਸਲਰ ਨੂੰ ਲਾਉਣ ਨੂੰ ਲੈ ਕੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਆਮੋ ਸਾਹਮਣੇ ਆਉਂਦੇ ਨੇ। ਉਹ ਟਕਰਾਅ ਵੀ ਵੱਧਦਾ, ਅਦਾਲਤੀ ਕਾਰਵਾਈ ਵੀ ਚੱਲਦੀ ਤੇ ਉਹ ਤੋਂ ਬਾਅਦ ਫਿਰ ਪੈਨਲ ਰਾਹੀਂ ਚੋਣ ਹੋਣ ਦੀ ਕਵਾਇਦ ਆਉਂਦੀ ਹੈ। ਪੰਜ ਨਾਂ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜੇ ਸੀ। ਠੀਕ ਹੈ ਜੀ। ਉਹਨਾਂ ਪੰਜਾਂ ਨਾਵਾਂ ਚੋਂ ਇੱਕ ਨਾਮ ਦੇ ਉੱਤੇ ਮੋਹਰ ਲੱਗਦੀ ਹੈ, ਡਾਕਟਰ ਸੂਦ ਦੇ ਨਾਂ ਦੇ ਉੱਤੇ, ਡਾਕਟਰ ਰਾਜੀਵ ਸੂਦ। ਡਾਕਟਰ ਰਾਜੀਵ ਸੂਦ ਨੂੰ ਬਕਾਇਦਾ ਤੌਰ ਦੇ ਉੱਤੇ 6 ਜੂਨ ਨੂੰ ਵਾਈਸ ਚਾਂਸਲਰ ਵੱਲੋਂ ਤੈਨਾਤ ਕਰ ਦਿੱਤਾ ਜਾਂਦਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ, 6 ਜੂਨ ਤੇ ਅੱਜ ਜੀ 14 ਜੁਲਾਈ ਭਾਰਤ ਦੇ ਸਵੇਰ ਦੇ ਹਿਸਾਬ ਨਾਲ। ਠੀਕ ਹੈ। ਸੋ ਲਗਭਗ 1 ਮਹੀਨਾ 1 ਹਫਤੇ ਦਾ ਵਕਫਾ ਹੋ ਗਿਆ ਜਨਾਬ ਆਇਓ ਨੀ। ਓ ਜਨਾਬ ਨੇ ਨਾ ਚਾਰਜ ਲਿਆ ਤੇ ਨਾ ਆਉਣ ਦਾ ਕਾਰਨ ਦੱਸਿਆ, ਨਾ ਕੋਈ ਜਾਣਕਾਰੀ ਕਿਸੇ ਨੂੰ, ਤੇ ਪਟੀਸ਼ਨ ਇੱਕ ਅਦਾਲਤ ਚ ਪਹੁੰਚ ਗਈ ਕਿ ਭਾਈ ਕੰਮ ਕਰ ਕਿਵੇਂ ਚੱਲਣਗੇ। ਪਹਿਲਾਂ ਹੀ ਰਿੜਕਾ ਇੰਨੀ ਦੇਰ ਦਾ ਚੱਲਿਆ ਆਉਂਦਾ, ਖਲਾਰਾ ਚੱਲਿਆ ਆਉਂਦਾ, ਕੰਮ ਕਾਜ ਪ੍ਰਭਾਵਿਤ ਹੋ ਰਹੇ ਨੇ, ਸਾਰਾ ਪ੍ਰਬੰਧ ਮਤਲਬ ਕਿ ਵਿਗੜਦਾ ਹੈ। ਸੋ ਇਸ ਦੇ ਲਈ ਤੁਰੰਤ ਵਾਈਸ ਚਾਂਸਲਰ ਲਾਇਆ ਜਾਵੇ। ਤੇ ਪੰਜਾਬ ਹਰਿਆਣਾ ਹਾਈ ਕੋਰਟ ਜਦੋਂ ਮਾਮਲਾ ਪਹੁੰਚਿਆ ਤੇ ਉਹਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ, ਕਹਿੰਦੇ ਆ ਜਾਓ ਭਾਈ ਜਵਾਬ ਦਿਓ ਕਿ ਕੀ ਹੈ ਸਥਿਤੀ ਹੈ। ਇੱਕ ਪਹਿਲੂ ਤਾਂ ਇਹ ਹੈ ਜੀ ਕਿ ਇਹ ਵੀ ਤਾਰਾਂ ਦਿੱਲੀ ਤੋਂ ਜੁੜੀਆਂ ਨੇ ਤੇ ਦਿੱਲੀ ਵਾਲੇ ਜਨਾਬ ਲਿਆ ਕੇ ਲਾਏ ਸੀ ਉਰੇ, ਤੇ ਹੁਣ ਉਹ ਜਨਾਬ ਆ ਕੇ ਕੰਮ ਕਿਉਂ ਨੀ ਕਰ ਰਹੇ, ਸਾਨੂੰ ਕਿਸੇ ਨੂੰ ਅਜੇ ਸਮਝ ਤੋਂ ਪਰੇ ਆ। ਸੋ ਪਰ ਮਤਲਬ ਕਿ 10 ਅਗਸਤ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕਿ ਭਾਈ ਇਹਦਾ ਆ ਕੇ ਜਵਾਬ ਦਿਓ, ਕਿਉਂ ਨੀ ਅਜੇ ਤੱਕ ਮਤਲਬ ਕਿ ਇਹ ਜੁਆਇਨ ਨਹੀਂ ਹੋ ਰਹੇ। ਜੀ ਅਗਲੀ ਖਬਰ ਦੇ ਵੱਲ ਵਧੀਆ ਤੇ ਜਾਂਦੇ ਜਾਂਦੇ ਗੱਲ ਕਰੀਏ ਟਮਾਟਰਾਂ ਦੀ। ਟਮਾਟਰਾਂ ਦੀ ਇੱਕ ਦਿਨ ਪਹਿਲਾਂ ਵੀ ਆਪਾਂ ਚਰਚਾ ਕੀਤੀ ਸੀ ਸ਼ਰਮਾ ਜੀ, ਪਰ ਹੁਣ 30 ਲੱਖ ਦੇ ਟਮਾਟਰ ਵੇਚਣ ਵਾਲੇ ਕਿਸਾਨ ਦਾ ਕਹਿੰਦੇ ਕਤਲ ਹੋ ਗਿਆ। ਬਿਲਕੁਲ ਪ੍ਰਵੀਨ ਜੀ, ਜਦ ਤੋਂ ਟਮਾਟਰਾਂ ਦੇ ਭਾਅ 100 ਰੁਪਏ ਤੋਂ ਪਾਰ ਗਏ ਨੇ, ਕਈ ਥਾਵਾਂ ਤੋਂ 162 ਰੁਪਏ ਤੋਂ ਉੱਪਰ ਚਲੇ ਗਏ ਸੀ, ਉਸ ਦੌਰਾਨ ਮਤਲਬ ਕਿ ਟਮਾਟਰਾਂ ਦੀ ਚੋਰੀ ਦੀਆਂ ਖਬਰਾਂ, ਟਮਾਟਰ ਖੋਹਣ ਦੀਆਂ ਖਬਰਾਂ, ਜਾਂ ਕੇਂਦਰ ਸਰਕਾਰ ਨੇ ਦਮ ਭਰਿਆ ਕਿ ਹੁਣ ਅਸੀਂ ਟਮਾਟਰ ਖਰੀਦ ਕੇ ਮਤਲਬ ਕਿ ਸਹੀ ਭਾਅ ਦੇ ਉੱਤੇ, ਜ਼ਿਆਦਾ ਮਹਿੰਗਾ ਨਾ ਹੋਣ, ਉਹ ਕੰਟਰੋਲ ਰੇਟ ਦੇ ਉੱਤੇ ਅਸੀਂ ਉਪਲਬਧ ਕਰਾਵਾਂਗੇ। ਉਹ ਕਵਾਇਦ ਪਤਾ ਨੀ ਕਦੋਂ ਸਿਰੇ ਚੜ੍ਹਨੀ ਹੈ, ਪਰ 3-4 ਘਟਨਾਵਾਂ ਨੇ ਪਹਿਲੇ ਪ੍ਰੇਸ਼ਾਨ ਕੀਤਾ ਸੀ, ਜਿਵੇਂ ਤੁਸੀਂ ਜ਼ਿਕਰ ਕੀਤਾ। ਆਪਾਂ ਉਦਣ ਗੱਲ ਕਰ ਰਹੇ ਸੀ ਕਰਨਾਟਕਾ ਦੀ ਇੱਕ ਬੀਬੀ ਕਿਸਾਨ ਸੀ ਜਿਹਨੇ ਕਰਜ਼ਾ ਲੈ ਕੇ ਟਮਾਟਰਾਂ ਦੀ ਖੇਤੀ ਕੀਤੀ ਸੀ, 2 ਦਿਨਾਂ ਬਾਅਦ ਉਹਦੇ ਟਮਾਟਰ ਵਿਕਣੇ ਸੀ, 2.5 ਲੱਖ ਦੇ ਕਰੀਬ ਉਹਦੇ ਟਮਾਟਰ ਸੀ ਜਿਹੜੇ ਖੇਤ ਚੋਂ ਹੀ ਮਤਲਬ ਬੂਟਿਆਂ ਤੋਂ ਹੀ ਤੋੜ ਕੇ ਹੈ ਨਾ ਮਤਲਬ ਲੈ ਗਏ ਲੋਕ, 60-70 ਬੋਰੀਆਂ ਭਰ ਕੇ ਲੈ ਗਏ, 2.5 ਲੱਖ ਦਾ ਉਹਦਾ ਟਮਾਟਰ, ਉਹ ਚੋਰੀ ਹੋਣ ਦੀ ਖਬਰ ਸੀ। ਉਹ ਤੋਂ ਬਾਅਦ ਫਿਰ ਕਰਨਾਟਕਾ ਦੀ ਇੱਕ ਖਬਰ ਆਈ ਕਿ ਟਮਾਟਰਾਂ ਦਾ ਭਰਿਆ ਟਰੱਕ ਜਾ ਰਿਹਾ ਸੀ, ਉਹਦੇ ਨਾਲ ਇੱਕ ਐਕਸੀਡੈਂਟ ਹੋ ਗਿਆ, ਟਕਰਾਅ ਹੋ ਗਿਆ ਤੇ ਬਹਿਸ ਹੋ ਗਈ। ਜਦ ਪਤਾ ਲੱਗਿਆ ਟਮਾਟਰ ਨੇ ਉਹਨਾਂ ਨੇ ਡਰਾਈਵਰ ਨੂੰ ਲਾ ਕੇ ਭਰੇ ਕੀਤਾ ਤੇ ਟਰੱਕ ਕੇ ਲੈ ਗਿਆ ਹਾਈਜੈਕਰ। ਜੀ 2.5 ਟਨ ਉਹਦੇ ਵਿੱਚ ਟਮਾਟਰ ਸੀਗੇ, 2.5 ਟਨ ਟਮਾਟਰਾਂ ਦਾ ਭਰਿਆ ਟਰੱਕ ਹੀ ਹਾਈਜੈਕ ਹੋ ਗਿਆ, ਤੇ ਪੁਲਿਸ ਟਰੱਕ ਲੱਭੀ ਜਾਂਦੀ ਅਜੇ ਤੱਕ ਆਤਾ ਪਤਾ ਨੀ ਕਹਿੰਦੇ। ਉਹ ਤੋਂ ਬਾਅਦ ਹੁਣ ਆਹ ਨਵੀਂ ਘਟਨਾ ਸਾਹਮਣੇ ਆਈ ਹੈ, ਇਹ ਆਂਧਰਾ ਪ੍ਰਦੇਸ਼ ਦੀ ਘਟਨਾ। ਆਂਧਰਾ ਪ੍ਰਦੇਸ਼ ਦਾ ਇੱਕ ਕਿਸਾਨ ਜਿਹੜਾ ਕਿ ਲੰਮੇ ਸਮੇਂ ਤੋਂ ਟਮਾਟਰਾਂ ਨਾਲ ਸੰਬੰਧਿਤ ਖੇਤੀ ਕਰਦਾ ਸੀ, ਪਰ ਇਸ ਵਾਰ ਉਸਦੀ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਆਇਆ। ਜਦੋਂ ਭਾਅ ਇੰਨੇ ਵਧੇ ਤਾਂ ਉਹਦੇ ਕੌਡੀਆਂ ਦੇ ਭਾਅ ਵਿਕਣ ਵਾਲੇ ਟਮਾਟਰ ਲੱਖਾਂ ਦੇ ਹੋ ਗਏ, ਤੇ ਉਹਨੇ ਆਪਣੇ ਆੜ੍ਹਤੀਆਂ ਨੂੰ ਜਿਹਦੇ ਰਾਹੀਂ ਉਹ ਮੰਡੀ ਚ ਵੇਚਦਾ ਸੀ, ਉਸ ਨੂੰ ਹੁਣ ਤੱਕ ਆ ਜੁਲਾਈ ਦੇ ਇਹਨਾਂ ਦਿਨਾਂ ਦੇ ਦਰਮਿਆਨ ਹੀ 30 ਲੱਖ ਦੇ ਟਮਾਟਰ ਵੇਚਦੇ ਸੀ, ਪਰ ਆੜ੍ਹਤੀ ਅਜੇ ਵੀ ਉਸਨੂੰ ਪੈਸੇ ਨੀ ਦੇ ਰਿਹਾ ਸੀ। ਠੀਕ ਹੈ। ਤੇ ਪਿਛਲੇ ਲੰਘੇ ਮੰਗਲਵਾਰ ਵੀ ਉਸਨੇ ਕਹਿੰਦੇ ਜੀ ਮਤਲਬ ਕਿ 60 ਦੇ ਕਰੀਬ ਕਰੇਟ ਹੋਰ ਭੇਜੇ ਸੀ, 60 ਤੋਂ 70 ਕਰੇਟ ਟਮਾਟਰ ਹੋਰ ਭੇਜੇ ਸੀ, ਤੇ 30 ਲੱਖ ਉਹਦੇ ਕਹਿੰਦੇ ਉੱਧਰ ਬਕਾਇਆ ਖੜਾ ਸੀ। ਆਂਧਰਾ ਪ੍ਰਦੇਸ਼ ਦਾ ਇਹ ਕਿਸਾਨ ਹੈ ਜੀ ਰੈਡੀ, ਹੈ ਨਾ, ਜਿਹਨੇ ਮਤਲਬ ਕਿ ਉੱਥੇ ਦੇ ਟਮਾਟਰ ਭੇਜੇ ਸੀਗੇ। ਸੋ ਨਰੇਮ ਰਾਜ ਸ਼ੇਖਰ ਰੈਡੀ, ਠੀਕ ਹੈ ਜੀ, 60-62 ਸਾਲ ਦਾ ਇਹ ਕਿਸਾਨ ਹੈ, ਇਹਦਾ ਪਿੰਡ ਚ ਘਰ ਹੈ ਤੇ ਇੱਕ ਘਰ ਇਹਨਾਂ ਨੇ ਖੇਤਾਂ ਚ ਪਾਇਆ ਹੋਇਆ ਜੀ। ਤੇ ਅਚਾਨਕ ਹੋਇਆ ਕਿ ਕਹਿੰਦੇ ਪਿੰਡ ਵਾਲੇ ਘਰ ਦੇ ਵਿੱਚ ਮਤਲਬ ਕਿ ਬੰਦੇ ਆਉਂਦੇ ਨੇ ਕਿ ਅਸੀਂ ਜੀ ਟਮਾਟਰ ਲੈਣੇ ਆ। ਅੱਛਾ। ਤੇ ਉਹਨਾਂ ਦੀ ਘਰ ਵਾਲੀ ਕਹਿੰਦੀ ਜੀ ਕਿ ਉਹ ਤਾਂ ਖੇਤਾਂ ਨੂੰ ਚਲੇ ਗਏ, ਕਿ ਉਧਰ ਵਾਲੇ ਘਰ ਨੂੰ ਗਏ ਨੇ, ਤੇ ਉਹ ਜਦੋਂ ਉਧਰ ਨੂੰ ਮਤਲਬ ਕਿ ਉਹ ਜਾਂਦੇ ਨੇ ਤੇ ਬਾਅਦ ਚੋਂ ਨਾ ਉਹਦਾ ਫੋਨ ਮਿਲਦਾ ਨਾ ਕੁਛ ਮਿਲਦਾ, ਤੇ ਘਰਦਿਆਂ ਨੂੰ ਫਿਕਰ ਹੁੰਦਾ, ਤੇ ਜਦੋਂ ਪਿੰਡ ਵਾਲੇ ਲੱਭਣ ਜਾਂਦੇ ਨੇ ਤਾਂ ਰਸਤੇ 'ਚ ਸਾਈਕਲ ਡਿੱਗਿਆ ਪਿਆ, ਫੋਨ ਟੁੱਟਿਆ ਪਿਆ, ਤੇ ਥੋੜੀ ਦੂਰ ਕਦਮਾਂ ਤੇ ਉਹਦੀ ਲਾਸ਼ ਮਿਲਦੀ ਹੈ। ਸੋ ਪਰਿਵਾਰ ਦਾ ਇਹ ਖਤਰਾ ਹੈ ਕਿ ਜਿਹੜਾ 30 ਲੱਖ ਦੇ ਟਮਾਟਰ ਵੇਚੇ
ਉਸ ਵਪਾਰੀ ਨੇ ਆਪਣੇ ਪੈਸੇ ਬਚਾਉਣ ਲਈ ਮਤਲਬ ਕਿਹਦਾ ਕਤਲ ਕਰਾਇਆ, ਜਦੋਂ ਕਿ ਪਰਿਵਾਰ ਦਾ ਖਾਤਾ ਹੈ, ਆਉਣ ਵਾਲੇ ਸਮੇਂ ਚ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ। ਪਰ ਇਹ ਕਤਲ ਦਾ ਮਾਮਲਾ ਇਸ ਲਈ ਜ਼ਿਆਦਾ ਚਰਚਾ ਚ ਆ ਗਿਆ ਕਿਉਂਕਿ ਇਹਦੇ ਨਾਲ ਟਮਾਟਰਾਂ ਦੀ ਖੇਤੀ ਜੁੜ ਗਈ। ਸੋ ਅੱਜ ਕੱਲ ਟਮਾਟਰ ਖੂਬ ਚਰਚਾ ਚ ਨੇ। ਸੋ ਕਿਤੇ 2.5 ਲੱਖ ਦੇ ਟਮਾਟਰ ਚੋਰੀ, ਕਿਤੇ 2.5 ਟਨ ਦੇ ਲੱਦੇ ਹੋਏ ਟਰੱਕ ਹੀ ਮਤਲਬ ਚੋਰੀ ਤੇ ਮਤਲਬ ਖੋਹ ਲਿਆ ਜਾਂਦਾ, ਤੇ ਕਿਤੇ 30 ਲੱਖ ਦੇ ਟਮਾਟਰ ਵੇਚਣ ਵਾਲੇ ਕਿਸਾਨ ਦਾ ਕਤਲ ਹੋ ਜਾਂਦਾ। ਸੋ ਟਮਾਟਰਾਂ ਨਾਲ ਇਹ ਮਾਮਲੇ ਵੀ ਸਾਹਮਣੇ ਆ ਰਹੇ ਆ। ਟਮਾਟਰ ਦਾ ਆਪਦਾ ਰੰਗ ਤਾਂ ਲਾਲ ਹੀ ਹੈ, ਪਰ ਟਮਾਟਰ ਕਰਕੇ ਵੀ ਲਾਲੋ ਲਾਲ ਕਈਆਂ ਨੇ ਹਾਂ ਖੂਨ ਨਾਲ ਰੰਗ ਲਾਲ ਕਰ ਲਏ ਆ।